ਸੁਖਬੀਰ ਸਿੰਘ ਬਾਦਲ ਨੇ ਵੀ ਲੰਬੇ ਹਲਕੇ ਵਿੱਚ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ, ਵੋਟ ਪਾਈ। ਉਸ ਤੋਂ ਬਾਅਦ ਸਾਡੇ ਪੱਤਰਕਾਰ ਵਿਜੇਪਾਲ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ। ਆਓ ਸੁਣਦੇ ਉਹਨਾਂ ਦਾ ਕੀ ਕਹਿਣਾ ਸੀ। ਲੰਬੀ ਵਿਧਾਨ ਸਭਾ ਹਲਕੇ ਦੇ ਵਿੱਚ ਅਸੀਂ ਮੌਜੂਦ ਹਾਂ, ਸੁਖਬੀਰ ਬਾਦਲ ਵੋਟ ਪਾਉਣ ਪਹੁੰਚੇ ਨੇ। ਸੁਖਬੀਰ ਜੀ, ਸਭ ਤੋਂ ਪਹਿਲਾਂ ਕੀ ਲੱਗਦਾ ਤੁਹਾਨੂੰ ਜਿਸ ਤਰੀਕੇ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ, ਕਿਉਂਕਿ ਵੋਟ ਪਰਸੈਂਟੇਜ ਕਾਫੀ ਨਜ਼ਰ ਆ ਰਿਹਾ? ਮਾਹੌਲ ਬਹੁਤ ਵਧੀਆ ਹੈ, ਲੋਕਾਂ ਦੇ ਵਿੱਚ ਜੋਸ਼ ਹੈ। ਆਲ ਜਨਤਾ ਚਾਹੁੰਦੀ ਹੈ ਕਿ ਵਾਪਸ ਦਾ ਬਾਦਲ ਆਉਣ। ਦੇ ਡੋਂਟ ਵਾਂਟ ਟੂ ਟੇਕ ਅ ਰਿਸਕ ਕਿ ਕਿਸੇ ਸਾਡੀ ਗਲਤੀ ਕਾਰਨ ਜੇ ਅਸੀਂ ਵੋਟ ਨਾ ਪਾਈ ਤੇ ਕਾਂਗਰਸ ਆ ਜਾਏ ਤੇ ਡਿਵੈਲਪਮੈਂਟ ਰੁਕ ਜਾਏ। ਸੋ ਸਾਰੀ ਜਨਤਾ ਡਿਵੈਲਪਮੈਂਟ ਦੇ ਨਾਂ ਤੇ ਵੋਟ ਪਾ ਰਹੀ ਹੈ, ਆਹੀ ਕਾਰਨ ਹੈ ਕਿ ਲਾਰਜ ਨੰਬਰਸ ਆ ਰਹੀ ਹੈ ਵੋਟ ਪਾਉਣ ਵਾਸਤੇ। ਡਿਵੈਲਪਮੈਂਟ ਦਾ ਜਿਹੜਾ ਏਜੰਡਾ ਹੈ, ਕਿੰਨਾ ਕੁ ਤੁਸੀਂ ਸਕਸੈਸਫੁਲ ਇਸ ਨੂੰ? ਵੈਰੀ ਵੈਰੀ, ਅੱਜ ਕੱਲ੍ਹ ਡਿਵੈਲਪਮੈਂਟ ਹੀ ਏਜੰਡਾ ਹੈ, ਇਕਨੋਮਿਕਸ ਮੇਨ ਏਜੰਡਾ ਹੈ। ਕਿੰਨੀ ਕੁ ਕੌਨਫੀਡੈਂਟ ਹੋ ਤੁਸੀਂ? ਕਿੰਨੀ ਜ਼ਿਆਦਾ ਕੌਨਫੀਡੈਂਟ? ਮੈਂ ਆਪਣੇ 20 ਸਾਲ ਦੇ ਪੋਲੀਟੀਕਲ ਕੈਰੀਅਰ 'ਚ ਇਹੋ ਜਿਹਾ ਮਾਹੌਲ ਨਹੀਂ ਦੇਖਿਆ ਜਿਹਨੇ ਹੁਣ ਦੇਖਿਆ ਸੀ। ਬੀਜੇਪੀ ਦੀ ਪਰਫਾਰਮੈਂਸ ਬਾਰੇ ਕਿਤਨਾ ਕਿਤੇ ਕਿੰਤੂ ਪਰੰਤੂ? ਪਰਫਾਰਮੈਂਸ ਇਕੱਲੇ ਮੀਡੀਆ ਨੇ ਸ਼ੋ ਕੀਤਾ, ਪਰ ਗਰਾਊਂਡ ਰਿਐਲਿਟੀਜ਼ ਬੀਜੇਪੀ ਇਜ਼ ਡੂਇੰਗ ਫਿਨੋਮੀਨਲ। ਤੁਸੀਂ ਓਵਰਆਲ ਪੰਜਾਬ ਦੇ ਵਿੱਚ ਕੈਂਪੇਨ ਕੀਤੀ ਹੈ, ਤੁਹਾਡੀ ਆਪਣੀ ਸੀਟ ਜਲਾਲਾਬਾਦ, ਉਸ ਬਾਰੇ ਔਰ ਓਵਰਆਲ ਪੰਜਾਬ ਬਾਰੇ ਕੀ ਵਿਊ ਰਿਹਾ ਤੁਹਾਡਾ ਇਸ ਇਲੈਕਸ਼ਨ ਦੇ ਵਿੱਚ, ਪਿਛਲੀ ਵਾਰੀ ਨਾਲੋਂ ਔਰ ਇਸ ਵਾਰੀ ਨਾਲੋਂ ਕੁਝ ਫਰਕ ਹੈ? ਪਿਛਲੇ 2007 ਜਦੋਂ ਸਰਕਾਰ ਬਣਾਈ ਸੀ, ਦੇਰ ਇਜ਼ ਅ ਸਟਰੋਂਗਰ ਵੇਵ ਇਨ ਆਰ ਫੇਵਰ ਨਾਓ। ਔਰ ਵੋਟ ਪਾਉਣ ਤੋਂ ਬਾਅਦ ਰਜਿੰਦਰ ਕੌਰ ਭੱਠਲ ਨੇ ਵੀ ਸਾਡੇ ਪੱਤਰਕਾਰ ਆਰ ਐਨ ਕਾਂਸਲ ਦੇ ਨਾਲ ਖਾਸ ਗੱਲਬਾਤ ਕੀਤੀ ਸੀ। ਸੋ ਵੋਟ ਪਾਉਣ ਤੋਂ ਬਾਅਦ ਉਹਨਾਂ ਦਾ ਕੀ ਕਹਿਣਾ ਸੀਗਾ ਉਹ ਵੀ ਸੁਣ ਲੈਂਦੇ ਹਾਂ। ਇਸ ਵਾਰ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਕਾਂਗਰਸ ਦੀ ਦਿਗਜ ਨੇਤਾ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ। ਅਣਮ ਭੱਠਲ, ਪੀਟੀਸੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹੁੰਦਾ ਤੁਹਾਡੀ ਪਰਸਨਲ ਜੋ ਸੀਟ ਹੈ ਹਲਕਾ ਹੈ ਜਿਹਦੇ ਇੱਕ ਲੰਮੇ ਅਰਸੇ ਤੋਂ ਤੁਸੀਂ ਕਾਬਜ਼ ਹੋ, ਕੀ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਰੁਝਾਨ? ਬਹੁਤ ਅੱਛਾ, ਲੋਕਾਂ ਦਾ ਪਿਆਰ ਮਿਲਿਆ, ਬਹੁਤ ਅੱਛਾ ਲੋਕਾਂ ਦਾ ਸਾਥ ਮਿਲਿਆ, ਬੜਾ ਭਾਰੀ ਉਤਸ਼ਾਹ ਹੈ ਲੋਕਾਂ ਵਿੱਚ, ਔਰ ਸਾਡੀਆਂ ਇੱਕ ਰਿਕਾਰਡ ਤੋੜ ਕਾਂਗਰਸ ਪਾਰਟੀ ਨੇ ਇੱਥੇ ਨੂੰ ਲੀਡ ਮਿਲਣੀ ਹੈ, ਬਹੁਤ ਅੱਛੇ ਤਰੀਕੇ ਦੇ ਨਾਲ ਸਾਡੀ ਪਾਰਟੀ ਜਿੱਤਣੀ ਹੈ। ਔਰ ਮੈਨੂੰ ਜੋ ਹਾਲਾਤ ਪਿੰਡਾਂ ਦੇ ਨਜ਼ਰ ਆਉਂਦੇ ਹੈ, ਦੋਨੋਂ ਪਾਰਟੀਆਂ ਦੀਆਂ ਜਵਾਨਤਾਂ ਜ਼ਬਤ ਹੋਣਗੀਆਂ। ਅਤੇ ਜੇਕਰ ਗੱਲ ਕੀਤੀ ਜਾਵੇ ਪੂਰੇ ਪੰਜਾਬ ਦੀ, ਮੈਡਮ ਜਿਸ ਤਰ੍ਹਾਂ ਤੁਸੀਂ ਰੈਲੀਆਂ ਦੇ ਵਿੱਚ ਗਏ, ਜਲਸਿਆਂ ਦੇ ਵਿੱਚ ਗਏ, ਔਰ ਲੋਕਾਂ ਦੀ ਨਬਜ਼ ਛੋਣ ਦਾ ਤੁਹਾਨੂੰ ਮੌਕਾ ਮਿਲਿਆ, ਅਤੇ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਰੁਝਾਨ ਲੋਕਾਂ ਦਾ ਕਿਸ ਤਰ੍ਹਾਂ? ਇਹੀ ਦੱਸਿਆ, ਜਿਸ ਤਰ੍ਹਾਂ ਮੈਂ ਇੱਥੇ ਕਿਹਾ ਕਿ ਇੱਥੇ ਵੀ ਦੋਨੋਂ ਸਾਡੀਆਂ ਵਿਰੋਧੀ ਪਾਰਟੀਆਂ ਦੀਆਂ ਜਵਾਨਤਾਂ ਜ਼ਬਤ ਹੋਣੀਆਂ, ਇਹੀ ਕਾਰਨ ਤੁਹਾਨੂੰ ਬਹੁਤ ਸਾਰੇ ਪੰਜਾਬ ਦੇ ਵਿੱਚ ਸੀਟਾਂ ਐਸੀਆਂ ਮਿਲਣਗੀਆਂ ਜਿੱਥੇ ਸਾਡੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਬਿਲਕੁਲ ਬੁਰੀ ਤਰ੍ਹਾਂ ਨਾਲ ਵੋਟਾਂ ਨਾਲ ਹਾਰਨਗੇ, ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤਣਗੇ। ਅੱਜ ਪੂਰੀ ਤਰ੍ਹਾਂ ਜਿਹੜਾ ਸਾਡਾ ਸਮਰਥਨ ਵੀ ਸਾਨੂੰ ਸਾਰੇ ਧਾਰਮਿਕ ਅਤੇ ਰਿਲੀਜੀਅਸ ਜਿਹੜੇ ਆਪਣੇ ਹੈਗੇ ਸੋਸ਼ਲ ਸਾਰੇ ਅਦਾਰਿਆਂ ਨੇ ਕੀਤਾ, ਹਰ ਬਰਾਦਰੀਆਂ ਨੇ ਕੀਤਾ, ਉਹਦੇ ਨਾਲ ਕਾਂਗਰਸ ਦੀ ਇੱਕ ਲਹਿਰ ਚੱਲ ਪਈ ਹੈ ਪੰਜਾਬ ਦੇ ਵਿੱਚ, ਰਿਕਾਰਡ ਤੋੜ ਜਿੱਤ ਪ੍ਰਾਪਤ ਕਰਾਂਗੇ ਅਸੀਂ। ਅਤੇ ਲਹਿਰਾ ਗਾਗਾ ਵਿਧਾਨ ਸਭਾ ਹਲਕੇ ਦੇ ਪ੍ਰਣਾਮ ਕਾਫੀ ਰੋਚਕ ਰਹਿਣ ਜਾ ਰਹੇ ਨੇ, ਜਿੱਥੇ ਕਾਂਗਰਸ ਦੀ ਦਿਗਜ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਇਸ ਮੌਕੇ ਚੋਣ ਮੈਦਾਨ ਦੇ ਵਿੱਚ ਨੇ, ਤਾਂ ਉਹਨਾਂ ਦੇ ਮੁਕਾਬਲੇ ਪ੍ਰਸਿੱਧ ਕਮੇਡੀਅਨ ਭਗਵੰਤ ਮਾਨ ਅਤੇ ਸੇਵਾ ਮੁਕਤ ADC ਸੁਖਵੰਤ ਸਿੰਘ ਸਰਾਓ ਅਕਾਲੀ ਦਲ ਦੀ ਸੀਟ 'ਤੇ ਚੋਣ ਲੜ ਰਹੇ ਨੇ। ਅਤੇ ਦੇਖਣਾ ਦਿਲਚਸਪ ਹੋਵੇਗਾ ਕਿ ਵੋਟਰ ਕਿਸ ਦੇ ਹੱਕ ਦੇ ਵਿੱਚ ਫਤਵਾ ਦੇਵੇਗਾ। ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ ਆਰ ਐਨ ਕਾਂਸਲ, PTC ਨਿਊਜ਼, ਲਹਿਰਾ ਗਾਗਾ, ਸੰਗਰੂਰ। ਸੋ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ, ਉੱਥੇ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਵੀ ਸਾਫ਼ ਤੌਰ ਤੇ ਕਿਹਾ ਕਿ ਉਹਨਾਂ ਨੂੰ ਵੱਡੇ ਪੱਧਰ ਤੇ ਜਿੱਤ ਹਾਸਲ ਹੋਏਗੀ। ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਕਿਹਾ ਕਿ ਉਹਨਾਂ ਦੀ ਜ਼ਮਾਨਤਾਂ ਵੀ ਜ਼ਬਤ ਹੋ ਜਾਣਗੀਆਂ। ਸੋ ਆਪਣੀ ਆਪਣੀ ਜਿੱਤ ਦੇ ਦਾਅਵੇ ਇਹਨਾਂ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਨੇ। ਰਿਤੇਸ਼ ਜੀ, ਜਿਸ ਤਰ੍ਹਾਂ ਕਿ ਇਹਨਾਂ ਚੋਣਾਂ ਵਿੱਚ ਦੇਖਿਆ ਗਿਆ ਹੈ, ਨਾ ਸਿਰਫ ਕਾਂਗਰਸ ਬਲਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਪਰਿਵਾਰਵਾਦ ਨਜ਼ਰ ਆਇਆ, ਪਰਿਵਾਰ 'ਚ ਆਪਸੀ ਫੁੱਟ ਨਜ਼ਰ ਆਈ ਹੈ, ਲੰਬੀ ਹਲਕੇ ਵਿੱਚ ਨਜ਼ਰ ਆਏ ਨੇ ਕਿ ਬਾਦਲ ਦੇ ਉਹਨਾਂ ਦੇ ਭਰਾ ਉਹਨਾਂ ਦੇ ਅਗੇਂਸਟ ਖੜ੍ਹੇ ਨੇ, ਅਤੇ ਪਟਿਆਲਾ ਵਿੱਚ ਵੀ ਨਜ਼ਰ ਆਏ ਕਿ ਉਹਨਾਂ ਦੇ ਭਰਾ ਜਿਹੜੇ ਨੇ ਉਹਨਾਂ ਤੋਂ ਖਫਾ ਹੋ ਗਏ, ਉਹਨਾਂ ਤੋਂ ਅਲੱਗ ਹੋ ਗਏ। ਇਹ ਸਾਰੀਆਂ ਚੀਜ਼ਾਂ ਇਹਨਾਂ ਚੋਣਾਂ ਵਿੱਚ ਨਜ਼ਰ ਆਈਆਂ ਨੇ, ਕੀ ਲੱਗਦਾ ਹੈ ਕਿ ਲੋਕਾਂ ਨੂੰ ਜਿਹੜੇ ਆਮ ਵੋਟਰ ਨੇ ਉਹਨਾਂ ਨੂੰ ਮੁਸ਼ਕਿਲ ਹੋਏਗਾ ਦੁਚਿੱਤੀ ਵਿੱਚ ਨਜ਼ਰ ਆਉਣਗੇ ਕਿ ਕਿਸ ਨੂੰ ਉਹ ਵੋਟ ਪਾਉਣ? ਦੇਖੋ ਜੀ, ਮੈਨੂੰ ਲੱਗਦਾ ਜਨਤਾ ਬਹੁਤ ਸਮਝਦਾਰ ਹੈ, ਵੋਟਰ ਬਹੁਤ ਸਮਝਦਾਰ ਨੇ, ਮੁੱਦਿਆਂ ਦੀ ਗੱਲ ਹੁੰਦੀ ਹੈ, ਸਾਰੇ ਇਸ਼ੂਜ਼ ਹੈਗੇ ਨੇ, ਪਬਲਿਕ ਕੰਸਰਨਸ ਹੈਗੇ ਨੇ, ਲੋਕਾਂ ਦੇ ਸਾਹਮਣੇ ਬਹੁਤ ਜ਼ਿਆਦਾ ਚੁਣੌਤੀਆਂ ਹੈਗੀਆਂ ਨੇ, ਅਤੇ ਮੈਨੂੰ ਲੱਗਦਾ ਇਹ ਸਾਰੀ ਜਿਹੜੀ ਚੀਜ਼ਾਂ ਪਰਿਵਾਰ ਦੇ ਮੁਤਲਕ ਜੋ ਵੀ ਜੋੜ ਤੋੜ ਹੁੰਦੀਆਂ ਰਹਿੰਦੀਆਂ ਸਾਰੀ ਸਿਆਸੀ ਪਾਰਟੀਆਂ ਪਰਿਵਾਰਾਂ 'ਚ, ਉਹ ਮੈਨੂੰ ਲੱਗਦਾ ਇੱਕ ਇੰਟਰਸਟ ਦੇ ਪੁਆਇੰਟ ਆਫ ਵਿਊ ਨਾਲ ਵੀ, ਇੱਕ ਰੋਚਕਤਾ ਦੇ ਪੁਆਇੰਟ ਆਫ ਵਿਊ ਨਾਲ ਤਾਂ ਇੱਕ ਆਮ ਆਦਮੀ ਨੂੰ ਥੋੜ੍ਹਾ ਜਿਹਾ ਇੰਟਰਸਟ ਜ਼ਰੂਰ ਕਰਦੀ ਹੈ, ਅਟਰੈਕਟ ਵੀ ਕਰਦੀ ਹੈ, ਟੁੰਗਦੀ ਵੀ ਹੈਗੀ ਹੈ। ਲੇਕਿਨ ਜਦੋਂ ਵੋਟ ਪਾਉਣ ਦੀ ਗੱਲ ਆਉਂਦੀ ਹੈ, ਉਸ ਵਕਤ ਮੈਨੂੰ ਲੱਗਦਾ ਵੀ ਜਨਤਕ ਸਰੋਕਾਰਾਂ ਦੀ ਗੱਲ ਪ੍ਰਮੁੱਖ ਹੁੰਦੀ ਹੈ। ਉਸ ਵਕਤ ਇੱਕ ਜਿਹੜਾ ਵੋਟਰ ਹੈਗਾ ਉਹਦੇ ਸਾਹਮਣੇ ਆਪਣੀ ਆਪਣੀ ਜ਼ਰੂਰਤਾਂ, ਆਪਣੇ ਆਪਣੇ ਜਿਹੜੇ ਜਿਹੜੇ ਅਖਲਾਕ ਹੈਗਾ ਜਾਂ ਆਪਣੇ ਜਿਹੜੇ ਵਕਾਰ ਹੈਗੇ ਨੇ, ਆਪਣੇ ਸਰੋਕਾਰ ਹੈਗੇ ਨੇ, ਉਹ ਸਾਰੀ ਗੱਲਾਂ ਬਾਤਾਂ ਉਹਦੇ ਸਾਹਮਣੇ ਆਉਂਦੀ ਰਹੇ। ਅਤੇ ਸਾਨੂੰ ਲੱਗਦਾ ਵੀ ਉਸ ਵਕਤ ਗੱਲ ਮੁੱਦਿਆਂ ਦੀ ਹੁੰਦੀ ਹੈ, ਇਸ਼ੂਜ਼ ਦੀ ਹੁੰਦੀ ਹੈ, ਕਿ ਕੋਈ ਪਾਰਟੀ ਕੋਈ ਕੰਮ ਕਰ ਪਾਈ ਜਾਂ ਨਹੀਂ ਕਰ ਪਾਈ, ਇਹ ਸਾਰੀ ਗੱਲਾਂ ਬਾਤਾਂ ਹੈਗੀਆਂ ਜੋ ਕਿ ਉਹਦੇ ਜ਼ਿਹਨ ਵਿੱਚ ਹੁੰਦੀਆਂ ਹੈਗੀਆਂ ਨੇ। ਸਰਟਨਲੀ ਚੀਜ਼ਾਂ ਦਾ ਪ੍ਰਭਾਵ ਹੁੰਦਾ, ਫੈਕਟਰ ਹੁੰਦਾ, ਕਿਉਂਕਿ ਪੋਲੀਟਿਕਸ ਸਿਰਫ
कई कई किस्म के वोटर जिहड़ा साडा बेस हुंदा है किसी पर्टिकुलर पार्टी का या गठबंधन का उसनों कई बार खोरा भी लाता है, कई बार थोड़े विरोधियों की मदद भी करता है या विरोधियों का नुकस जो फायदा या नुकसान हों थोड़े ते असर करता है। ये सारी गल्लां बातें जिहड़ियां हुंदियां ने नाल दे नाल तुरदियां ने, लेकिन मैनूं लगता पंजाब दे विच इस वक्त मुद्दियां दी इशूज़ दी, क्योंकि मैं जिवें पहला गल कर चुका भी सारी पोलीटिकल पार्टियां ने एडवर्टीजमेंट या इश्तहारां दे जरिए एक बड़ी लंबी चौरी कैंपेन विढ़ी हैगी। कैंपेन अज दी नहीं, अज तो लगभग 6-7 महीने पहला तो ही काम शुरू हो गया सीगा। जिस तरीके नाल अखबारां दे असीं पन्ने पूरे भरे वेखे हैगे ने अखबारां दे इश्तहार, चाहे एक ना पक्की प्रचार होवे या हाँ पक्की प्रचार होवे, लेकिन प्रचार होया लोगों अखबारां दे जरिए टैलीविजन इश्तहारां दे जरिए समझण दा सोचण दा घोखण दा मौका काफ़ी समा दित्ता हैगा इस बार पोलीटिकल पार्टियां ने। शायद यही कारण हैगा भी इस प्रचार का सदका ही इन्ना इन्ना ज़्यादा वोटर सामने आ रहा है। सो ये चीज़ा सारिया मैंने लगता भी वोटर चंगी तरह एनालाइज कर चुके हैं, हुण तक उन्होंने माण बना लिया है तो अज इस तरीके का टर्नआउट हुंदा है। उस तो बाद साडे कोल कयास लगाने लगभग एक महीने का समा भी इस वक्त मिल गया है, क्योंकि होर सूबे दे विच इलैक्शन होने ने ते नतीजे 6 मार्च नूं निकलने ने, लेकिन आने वाले 1-1.5 महीने असी इस चीज़ों नूं काफ़ी गहराई दे विच जाके खोखण की कोशिश करांगे भी किस इलाके च की होण जा रहा है, किस इलाके च किवें दा ट्रेंड सामने आ रहा है, हैवी वोटिंग का मतलब की है, उहदी इंप्लीकेशन की है ने। यह सारी चीज़ां खोखण अपने कोल काफ़ी समा मिलेगा, बट सर्टनली वोटर अपना मन बना चुका है तो इस वक्त सामने है ते फैसला उन्हें ईवीएम मशीनां च कैद कर देना है। जी बिल्कुल, और तुसीं साडे नाल लगातार इस तरह बने रहो। असीं जलंधर चलदे हां जिथे कि कुमार संजीव इस वेले मौजूद ने, और 1 बजे तो ज़्यादा का समा हो चुका और किन्नी फीसदी वोटिंग हो चुकी, किस तरह का माहौल है जानने की कोशिश करदा है। कुमार संजीव, तुहाडे तों जानना चाहांगे किन्नी फीसदी वोटिंग हो चुकी है। जी, और कुमार संजीव ने साडा इत्थे जायजा लिया और उन्होंने देखा कि किस तरह लोग वड्डी गिनती विच उत्थे पहुंच रहे ने, लंबी लंबी कतारां लगियां ने, और उत्थे दा जायजा लिया है साडे पत्रकार कुमार संजीव ने। ज़िला जलंधर में वोटों का काम जरा अमन अमान तरीके चल रहा है, और इतने कुल 14 लाख वोटर ने जिन्हों वास्ते 1771 पूरे जिले के पोलिंग स्टेशन बनाए गए हैं। इस 9 हल्के आते हैं जिन्हों वास्ते 14 लाख के लगभग जोड़े वोटर इन्होंने मतदान करना है, और वोटिंग की प्रक्रिया बड़ी तेजी नाल चल रही है। और मैं दस देना चाहना कि हुण तक जोड़ा 38% तक पोलिंग हो गई सी, और लोगों में खासा उत्साह देखने को मिल रहा है, नौजवानों में भी खासा उत्साह देखने मिल रहा है, और जड़िया औरतं वो भी काफ़ी हुम हुमा के जी वोट की प्रक्रिया में हिस्सा लैन लिये इतने पुज रही हैं। इतने जी वोटिंग की प्रक्रिया है वो जो असी वोटर गल की है तो उन्होंने यही कहना है कि विकास के मुद्दे को लैके मतदान वो कर आए हैं, क्योंकि जो 5 साल विकास होया उन्होंने मेन मुद्दा बना के इतने मतदान की जी है इच्छा जाहिर की जा रही है, और उम्मीद की जा रही है कि इस बार जी वोटिंग की जी है परसेंटेज जो पिछले साल नालों ज़्यादा होगी। कैमरामैन डिंपल के नाल कुमार संजीव, PTC न्यूज़ जलंधर।